Good morning, students. Today we are going to start the next chapter, that is the accounting for not for profit organizations. So by the name hi tonu pata lag reha hai ki jehdi organizations not for profit hundiyan means jinna da main motive hunda ya service provide karna. So unna organization di apa accounting jehdi is chapter ch study karni hai. Not for profit entities means Red Cross. Red Cross da matlab ਕਿ ਦੀਜ਼ ਐਂਟੀਟੀਜ਼ ਆਰ ਨੋਟ ਇੰਗੇਜਡ ਇਨ ਬਿਜ਼ਨਸ ਐਕਟੀਵਿਟੀਜ਼, ਕਿਉਂਕਿ ਜੇ ਬਿਜ਼ਨਸ ਐਕਟੀਵਿਟੀਜ਼ ਵਿੱਚ ਇੰਡਲਜ ਹੋ ਗਈਆਂ ਇਟ ਮੀਨਸ ਕਿ ਉਹਨਾਂ ਦਾ ਮੇਨ ਮੋਟਿਵ ਪ੍ਰੋਫਿਟ ਅਰਨ ਕਰਨਾ ਹੋ ਗਿਆ. ਸੋ ਉਹਨਾਂ ਦਾ ਮੇਨ ਕੀ ਆ, ਉਹ ਬਿਜ਼ਨਸ ਐਕਟੀਵਿਟੀ ਵਿੱਚ ਜਿਹੜਾ ਆ ਇੰਡਲਜ ਨਹੀਂ ਹੁੰਦੇ. ਨੈਕਸਟ ਇਜ਼ ਦੇ ਆਰ ਪ੍ਰੋਵਾਈਡਿੰਗ ਸਰਵਿਸਿਜ਼ ਟੂ ਦਾ ਪੀਪਲ ਵਿਦਆਊਟ ਐਨ ਇੰਟੈਂਸ਼ਨ ਆਫ ਮੇਕਿੰਗ ਪ੍ਰੋਫਿਟ, ਮੀਨਸ ਕਿ ਉਹ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਆ ਬਟ ਉਹਨਾਂ ਦਾ ਮੇਨ ਮੋਟਿਵ ਪ੍ਰੋਫਿਟ ਅਰਨ ਕਰਨਾ ਨਹੀਂ ਆ. ਐਗਜ਼ਾਮਪਲ ਸਪੋਰਟਸ ਕਲੱਬ, ਸੋਸ਼ਲ ਔਰਗਨਾਈਜੇਸ਼ਨਸ, ਰਿਲੀਜੀਅਸ ਇੰਸਟੀਟਿਊਸ਼ਨਸ, ਹੋਸਪਿਟਲਸ, ਐਜੂਕੇਸ਼ਨਲ ਇੰਸਟੀਟਿਊਸ਼ਨਸ, ਪ੍ਰੋਫੈਸ਼ਨਲ ਬੋਡੀਜ਼, ਲਾਇਬ੍ਰੇਰੀਜ਼ ਐਕਸੈਕਟਰਾ. ਇਹਨਾਂ ਦਾ ਮੇਨ ਮੋਟਿਵ ਕੀ ਹੈ? ਸਰਵਿਸ ਪ੍ਰੋਵਾਈਡ ਕਰਨਾ, ਠੀਕ ਆ. ਪ੍ਰੋਫਿਟ ਅਰਨ ਕਰਨਾ ਇਜ਼ ਨੋਟ ਦਾ ਓਬਜੈਕਟਿਵ. ਸਮ ਨੋਨ ਪ੍ਰੋਫਿਟ ਐਂਟੀਟੀਜ਼ ਮੇ ਅੰਡਰਟੇਕ ਟ੍ਰੇਡਿੰਗ ਐਕਟੀਵਿਟੀ ਟੂ ਜਨਰੇਟ ਇਨਕਮ ਫੋਰ ਦੇਅਰ ਵਰਕਿੰਗ ਫੰਡ. ਹੁਣ ਜਿੱਦਾਂ ਕਿ ਸਪੋਰਟਸ ਕਲੱਬ ਆ, ਠੀਕ ਆ, ਉਹਨਾਂ ਨੇ ਸਪੋਰਟਸ ਗੁੱਡ ਜਿਹੜੀ ਇੱਕ ਸ਼ੋਪ ਕ੍ਰੀਏਟ ਕੀਤੀ ਆ. ਸੋ ਕਈ ਐਂਟੀਟੀਜ਼ ਇੱਦਾਂ ਦੀਆਂ ਹੁੰਦੀਆਂ ਆ ਜਿਹੜੇ ਕਿ ਉਹ ਇਨਕਮ ਜਨਰੇਟ ਕਰਦੇ ਆ ਜਸਟ ਫੋਰ ਦੇਅਰ ਵਰਕਿੰਗ ਫੰਡ, ਤਾਂ ਕਿ ਉਹਨਾਂ ਦਾ ਜਿਹੜਾ ਕਲੱਬ ਵਗੈਰਾ ਆ ਉਹ ਚੱਲਦਾ ਰਹੇ. ਨਾਓ ਡਿਫਰੈਂਸ ਬਿਟਵੀਨ ਦਾ ਕਮਰਸ਼ੀਅਲ ਐਂਟੀਟੀਜ਼ ਐਂਡ ਨੋਟ ਫੋਰ ਪ੍ਰੋਫਿਟ ਐਂਟੀਟੀਜ਼. ਨਾਓ ਸਟੂਡੈਂਟ ਦੇਖੋ, ਤੁਹਾਡੀ ਬੁੱਕ ਦੇ ਵਿੱਚ ਪ੍ਰੋਫਿਟ ਔਰਗਨਾਈਜੇਸ਼ਨ ਲਿਖਿਆ ਆ. ਸੋ ਪ੍ਰੋਫਿਟ ਔਰਗਨਾਈਜੇਸ਼ਨ ਨੂੰ ਆਪਾਂ ਕਮਰਸ਼ੀਅਲ ਐਂਟੀਟੀਜ਼ ਵੀ ਬੋਲਦੇ ਹਾਂ. ਸੋ ਡਿਫਰੈਂਸ ਇਹ ਆ ਕਿ ਪ੍ਰੋਫਿਟ ਔਰਗਨਾਈਜੇਸ਼ਨ ਅਤੇ ਨੋਟ ਫੋਰ ਪ੍ਰੋਫਿਟ ਔਰਗਨਾਈਜੇਸ਼ਨ ਦੀ ਆਪਾਂ ਸਟੱਡੀ ਕਰਨੀ ਹੈ. ਸੋ ਡਿਫਰੈਂਸਿਸ ਬਿਟਵੀਨ ਕਮਰਸ਼ੀਅਲ ਐਂਡ ਨੋਨ ਕਮਰਸ਼ੀਅਲ ਯੂ ਕੈਨ ਸੇ ਔਰ ਨੋਟ ਫੋਰ ਪ੍ਰੋਫਿਟ ਐਂਟੀਟੀਜ਼. ਸੋ ਫਸਟ ਮੋਟਿਵ, ਮੋਟਿਵ ਕੀ ਹੈ? ਕਮਰਸ਼ੀਅਲ ਮੀਨਸ ਕਿ ਜਿਹੜੀ ਪ੍ਰੋਫਿਟ ਔਰਗਨਾਈਜੇਸ਼ਨ ਆ ਉਹਨਾਂ ਦਾ ਮੇਨ ਮੋਟਿਵ ਹੁੰਦਾ ਪ੍ਰੋਫਿਟ ਅਰਨ ਕਰਨਾ. ਬਟ ਜਿਹੜੀਆਂ ਤੁਹਾਡੀਆਂ ਨੋਟ ਫੋਰ ਪ੍ਰੋਫਿਟ ਔਰਗਨਾਈਜੇਸ਼ਨ ਆ ਉਹਨਾਂ ਦਾ ਮੇਨ ਮੋਟਿਵ ਹੁੰਦਾ ਆ ਸਰਵਿਸ ਪ੍ਰੋਵਾਈਡ ਕਰਨਾ. ਸੈਕਿੰਡ ਇਜ਼ ਸਟੇਟਸ. ਕਮਰਸ਼ੀਅਲ ਦੇ ਵਿੱਚ ਕੀ ਆ? ਪ੍ਰੋਪਰਾਈਟਰਸ ਐਂਡ ਦਾ ਓਨਰਸ ਦੇ ਆਲ ਮੈਨੇਜ ਦਾ ਔਰਗਨਾਈਜੇਸ਼ਨ. ਬਟ ਨੋਟ ਫੋਰ ਪ੍ਰੋਫਿਟ ਦੇ ਵਿੱਚ ਕੌਣ ਹੁੰਦਾ? ਸਬਸਕ੍ਰਾਈਬਰਸ ਔਰ ਦਾ ਮੈਂਬਰਸ. ਨੈਕਸਟ ਇਜ਼ ਦੀ ਡਿਸਟ੍ਰੀਬਿਊਸ਼ਨ ਆਫ ਪ੍ਰੋਫਿਟ ਔਰ ਸਰਪਲਸ. ਕਮਰਸ਼ੀਅਲ ਦੇ ਵਿੱਚ ਅਗਰ ਜੇ ਕੋਈ ਪ੍ਰੋਫਿਟ ਆ ਤਾਂ ਓਨਰਸ ਦੇ ਵਿੱਚ ਉਹ ਡਿਸਟ੍ਰੀਬਿਊਟ ਕਰ ਦਿੱਤਾ ਜਾਂਦਾ ਆ. ਬਟ ਨੋਟ ਫੋਰ ਪ੍ਰੋਫਿਟ ਦੇ ਵਿੱਚ ਕੀ ਆ? ਉਹ ਮੈਂਬਰਸ ਨੂੰ ਡਿਸਟ੍ਰੀਬਿਊਟ ਨਹੀਂ ਕੀਤਾ ਜਾਂਦਾ. ਇਨਫੈਕਟ ਉਸ ਫਰਦਰ ਆਪਣੇ ਕਿਸੇ ਯੂਜ਼ ਲਈ ਉਸ ਅਮਾਊਂਟ ਨੂੰ ਜਿਹੜਾ ਆ ਸੇਵ ਕਰ ਲੈਂਦੇ ਆ. ਰਿਜ਼ਲਟ ਆਫ ਐਕਟੀਵਿਟੀਜ਼. ਹੁਣ ਕਮਰਸ਼ੀਅਲ ਵਾਲੇ ਜੇ ਐਕਟੀਵਿਟੀਜ਼ ਕਰ ਰਹੇ ਆ ਤਾਂ ਉਹਨਾਂ ਦਾ ਰਿਜ਼ਲਟ ਕੀ ਹੋਏਗਾ? ਪ੍ਰੋਫਿਟ ਔਰ ਲੋਸ. ਬਟ ਜੇ ਨੋਟ ਫੋਰ ਪ੍ਰੋਫਿਟ ਔਰਗਨਾਈਜੇਸ਼ਨ ਕੋਈ ਆਪਣੇ ਐਕਟੀਵਿਟੀਜ਼ ਕਰ ਰਹੇ ਆ, ਸੋ ਉਹਨਾਂ ਨੂੰ ਜਾਂ ਤਾਂ ਸਰਪਲਸ ਹੋਏਗਾ ਜਾਂ ਡੈਫੀਸ਼ਿਟ ਹੋਏਗਾ. ਅਕਾਊਂਟਿੰਗ ਸਟੇਟਮੈਂਟਸ. ਕਮਰਸ਼ੀਅਲ ਦੇ ਵਿੱਚ ਕਿਹੜੇ ਕਿਹੜੇ ਅਕਾਊਂਟ ਬਣਾਏ ਜਾਂਦੇ ਆ? ਜਿਨ੍ਹਾਂ ਨੂੰ ਆਪਾਂ ਟ੍ਰੇਡਿੰਗ ਅਕਾਊਂਟ ਬੋਲਦੇ ਹਾਂ, ਪ੍ਰੋਫਿਟ ਐਂਡ ਲੋਸ ਅਕਾਊਂਟ ਬੋਲਦੇ ਹਾਂ, ਐਂਡ ਬੈਲੈਂਸ ਸ਼ੀਟ ਪ੍ਰਿਪੇਅਰ ਕੀਤੀ ਜਾਂਦੀ ਆ. ਨੋਟ ਫੋਰ ਪ੍ਰੋਫਿਟ ਔਰਗਨਾਈਜੇਸ਼ਨ ਦੇ ਵਿੱਚ ਰਿਸਿਪਟ ਐਂਡ ਪੇਮੈਂਟ ਅਕਾਊਂਟ ਬਣੇਗਾ, ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਬਣਾਇਆ ਜਾਏਗਾ, ਐਂਡ ਬੈਲੈਂਸ ਸ਼ੀਟ ਬਣਾਈ ਜਾਏਗੀ. ਨਾਓ ਦਾ ਅਕਾਊਂਟਿੰਗ ਸਿਸਟਮ ਜਿਹੜਾ ਕਮਰਸ਼ੀਅਲ ਮੀਨਸ ਕਿ ਪ੍ਰੋਫਿਟ ਔਰਗਨਾਈਜੇਸ਼ਨ ਆ ਉਹ ਐਕਰੀਅਲ ਬੇਸਿਸ 'ਤੇ ਹੁੰਦੇ ਆ, ਐਂਡ ਨੋਟ ਫੋਰ ਪ੍ਰੋਫਿਟ ਜਿਹੜੇ ਆ ਐਕਰੀਅਲ 'ਤੇ ਵੀ ਹੁੰਦੇ ਆ, ਕੈਸ਼ ਸਿਸਟਮ 'ਤੇ ਵੀ ਹੁੰਦੇ ਆ. ਐਕਰੀਅਲ ਦਾ ਮਤਲਬ ਕੀ ਹੈ ਕਿ ਜਿੱਦਾਂ ਜਿਹੜੇ ਪ੍ਰੋਸੈਸ, ਮਤਲਬ ਕਿ ਤੁਹਾਡੀ
ਜਿਹੜੀ ਇਨਕਮ ਜਨਰੇਟ ਹੋਣੀ ਆ ਉਹਦੇ ਇਨਕਰੀਜ਼ ਹੋਣ ਦੇ ਵੀ ਚਾਂਸਿਸ ਹੈਗੇ ਆ। ਸੋ ਪ੍ਰੋਫਿਟ ਆਰਗਨਾਈਜੇਸ਼ਨ ਦੇ ਵਿੱਚ ਪਤਾ ਨਹੀਂ ਇਨਕਮ ਜ਼ਿਆਦਾ ਜਨਰੇਟ ਹੋ ਸਕਦੀ ਹੈ, ਘੱਟ ਵੀ ਹੋ ਸਕਦੀ ਹੈ, ਸੋ ਇਟ ਵੈਰੀਜ਼, ਮਤਲਬ ਕਿ ਫਿਕਸ ਨਹੀਂ ਆ। ਐਂਡ ਜਿਹੜਾ ਨੋਟ ਫੋਰ ਪ੍ਰੋਫਿਟ ਆਰਗਨਾਈਜੇਸ਼ਨ ਆ ਉਹਦੇ ਵਿੱਚ ਤਾਂ ਹਾਈਬ੍ਰਿਡ ਸਿਸਟਮ ਆ, ਮੀਨਸ ਕਿ ਐਕੁਰਲ ਵੀ ਹੋ ਸਕਦਾ, ਕੈਸ਼ ਵੀ ਹੋ ਸਕਦਾ ਆ, ਕਿ ਐਕਚੁਅਲ ਦੇ ਵਿੱਚ ਜਦੋਂ ਟ੍ਰਾਂਜੈਕਸ਼ਨ ਟੇਕਸ ਪਲੇਸ ਐਂਡ ਦਾ ਪੇਮੈਂਟ ਇਜ਼ ਮੇਡ ਥਰੂ ਦੀ ਕੈਸ਼, ਤਾਂ ਉਹ ਕੈਸ਼ ਪੇਮੈਂਟ ਵੀ ਹੋ ਸਕਦਾ। ਸੋ ਦਿਸ ਇਜ਼ ਦਾ ਚਾਰਟ ਆਫ ਦੇ ਡਿਫਰੈਂਸਿਸ ਵਿਚ ਯੂ ਹੈਵ ਸਟੱਡਿਡ। ਨੈਕਸਟ ਇਜ਼ ਦੀ ਫੀਚਰਸ ਆਫ ਨੋਟ ਫੋਰ ਪ੍ਰੋਫਿਟ ਆਰਗਨਾਈਜੇਸ਼ਨ। ਪਹਿਲਾ ਫੀਚਰ ਕੀ ਹੈ? ਪ੍ਰੋਵਾਈਡਿੰਗ ਸਰਵਿਸ ਟੂ ਅ ਸਪੈਸੀਫਿਕ ਗਰੁੱਪ, ਮੀਨਸ ਕਿ ਜਿਹੜੇ ਨੋਟ ਫੋਰ ਪ੍ਰੋਫਿਟ ਆਰਗਨਾਈਜੇਸ਼ਨਸ ਨੇ ਇਹ ਸਪੈਸੀਫਿਕ ਗਰੁੱਪ ਨੂੰ ਸਰਵਿਸਿਸ ਪ੍ਰੋਵਾਈਡ ਕਰਦੇ ਆ, ਹਰੇ ਕਾਨੂੰਨੀ ਕੁਛ ਸਿਲੈਕਟਿਡ ਜਿਹੇ ਗਰੁੱਪ ਨੇ, ਜਿੱਦਾਂ ਕਿ ਐਜੂਕੇਸ਼ਨ ਹੋ ਗਿਆ, ਹੈਲਥ ਕੇਅਰ ਹੋ ਗਿਆ। ਨੈਕਸਟ ਇਜ਼ ਔਰਗਨਾਈਜ਼ਡ ਐਜ਼ ਚੈਰੀਟੇਬਲ ਟਰੱਸਟ ਔਰ ਸੋਸਾਇਟੀਜ਼, ਮੀਨਸ ਕਿ ਇਹਨਾਂ ਜਿਹੜੇ ਮੈਂਬਰਸ ਹੁੰਦੇ ਆ ਨਾ ਨੋਟ ਫੋਰ ਪ੍ਰੋਫਿਟ ਆਰਗਨਾਈਜੇਸ਼ਨਸ, ਉਹਨਾਂ ਨੂੰ ਆਪਾਂ ਸਬਸਕ੍ਰਾਈਬਰਸ ਵੀ ਬੋਲਦੇ ਹਾਂ। ਸੋ ਦੇ ਆਰ ਜਸਟ ਰਨਿੰਗ ਦੇਅਰ ਆਰਗਨਾਈਜੇਸ਼ਨ ਫੋਰ ਦਾ ਚੈਰੀਟੇਬਲ ਪਰਪਸ, ਔਰ ਯੂ ਕੈਨ ਸੇ ਫੋਰ ਦਾ ਸੋਸਾਇਟੀਜ਼। ਨੈਕਸਟ ਇਜ਼ ਮੈਨੇਜਡ ਬਾਏ ਅ ਮੈਨੇਜਿੰਗ ਕਮੇਟੀ। ਹੁਣ ਨੋਟ ਫੋਰ ਪ੍ਰੋਫਿਟ ਆਰਗਨਾਈਜੇਸ਼ਨ ਨੂੰ ਮੈਨੇਜ ਕੌਣ ਕਰਦਾ ਆ? ਜਿਹੜੇ ਮੈਂਬਰਸ ਨੇ ਉਹ ਖੁਦ ਆਪਣੀ ਕਮੇਟੀ ਦਾ ਇੱਕ ਜਿਹੜਾ ਕਿ ਮੈਂਬਰਸ ਆ ਜਿਹੜੇ ਬੋਰਡ ਆਫ ਡਾਇਰੈਕਟਰਸ ਨੇ ਉਹ ਅਪੁਆਇੰਟ ਕਰਦੇ ਆ, ਐਂਡ ਦੈਨ ਉਹ ਨੋਟ ਫੋਰ ਪ੍ਰੋਫਿਟ ਆਰਗਨਾਈਜੇਸ਼ਨ ਨੂੰ ਮੈਨੇਜ ਕਰਦੇ ਆ। ਸੋਰਸਿਸ ਆਫ ਇਨਕਮ, ਨੋਟ ਫੋਰ ਪ੍ਰੋਫਿਟ ਆਰਗਨਾਈਜੇਸ਼ਨ ਵਾਲਿਆਂ ਕੋਲ ਪੈਸਾ ਕਿੱਥੋਂ ਆਉਂਦਾ ਆ? ਮੀਨਸ ਕਿ ਜੇ ਉਹਨਾਂ ਕੋਲ ਸੋਰਸ ਆਫ ਇਨਕਮ ਹੋਏਗਾ ਤਾਂ ਹੀ ਤਾਂ ਉਹ ਸਰਵਿਸਿਸ ਕਰਨਗੇ ਅੱਗੇ। ਸੋ ਜਾਂ ਤਾਂ ਉਹਨਾਂ ਦੇ ਕੋਲ ਡੋਨੇਸ਼ਨਸ ਆਉਂਦੀਆਂ ਆ, ਜਾਂ ਫਿਰ ਕੋਈ ਲਿਗੇਸੀਜ਼ ਹੋ ਗਈਆਂ, ਜਾਂ ਕੋਈ ਗ੍ਰਾਂਟ ਆ ਗਈ, ਅਤੇ ਜਾਂ ਫਿਰ ਜਿਹੜੇ ਮੈਂਬਰਸ ਨੇ ਉਹ ਕੰਟਰੀਬਿਊਟ ਕਰਦੇ ਆ। ਫੰਡਸ ਰੇਜ ਬਾਏ ਸੱਚ ਔਰਗਨਾਈਜੇਸ਼ਨਸ ਆਰ ਕ੍ਰੈਡਿਟਿਡ ਟੂ ਕੈਪੀਟਲ ਫੰਡ ਔਰ ਜਨਰਲ ਫੰਡ। ਨਾ ਜਿਹੜੇ ਫੰਡਸ ਇਹ ਔਰਗਨਾਈਜੇਸ਼ਨ ਜਿਹੜੇ ਜਨਰੇਟ ਕਰਦੇ ਆ ਉਹ ਜਾਂ ਤਾਂ ਕੈਪੀਟਲ ਫੰਡ ਵਿੱਚ ਕ੍ਰੈਡਿਟ ਕਰ ਦਿੱਤਾ ਜਾਂਦਾ ਆ, ਜਾਂ ਫਿਰ ਜਨਰਲ ਫੰਡ ਦੇ ਵਿੱਚ। ਸਰਪਲਸ ਇਜ਼ ਨੋਟ ਡਿਸਟ੍ਰੀਬਿਊਟਿਡ ਟੂ ਦਾ ਮੈਂਬਰਸ ਬਟ ਇਟ ਇਜ਼ ਕ੍ਰੈਡਿਟਿਡ ਟੂ ਦੀ ਕੈਪੀਟਲ ਫੰਡ। ਹੁਣ ਜਿਹੜਾ ਸਰਪਲਸ ਮੀਨਸ ਕਿ ਜਿਹੜਾ ਐਕਸੈਸ ਅਮਾਊਂਟ ਇਹਨਾਂ ਨੇ ਅਰਨ ਕੀਤਾ ਆ ਉਹ ਮੈਂਬਰਸ ਦੇ ਵਿੱਚ ਡਿਸਟ੍ਰੀਬਿਊਟ ਨਹੀਂ ਕੀਤਾ ਜਾਂਦਾ, ਬਲਕਿ ਉਹ ਆਪਣੇ ਕੈਪੀਟਲ ਫੰਡ ਦੇ ਵਿੱਚ ਐਡ ਕਰ ਦਿੰਦੇ, ਜਿਹੜਾ ਕਿ ਫਰਦਰ ਉਹ ਆਪਣੇ ਕਿਸੇ ਕੰਸਟਰਕਸ਼ਨ ਜਾਂ ਫਿਰ ਅੱਗੇ ਮੋਡੀਫਿਕੇਸ਼ਨ ਲਈ, ਜਾਂ ਫਿਰ ਅਗਰ ਆਪਣਾ ਬਿਜ਼ਨਸ ਨੂੰ ਐਕਸਪੈਂਡ ਕਰਨਾ ਆ, ਔਰਗਨਾਈਜੇਸ਼ਨ ਐਕਸਪੈਂਡ ਕਰਨਾ ਆ, ਉਹਦੇ ਲਈ ਯੂਜ਼ ਕਰ ਸਕਦੇ ਆ। ਦੇ ਅਰਨ ਰੈਪੂਟੇਸ਼ਨ ਨੋਟ ਔਨ ਦਾ ਬੇਸਿਸ ਆਫ ਕਸਟਮਰਸ ਔਰ ਓਨਰ ਸੈਟਿਸਫੈਕਸ਼ਨ ਬਟ ਔਨ ਦਾ ਬੇਸਿਸ ਆਫ ਦੇਅਰ ਕੰਟਰੀਬਿਊਸ਼ਨ ਟੂ ਦਾ ਵੈਲਫੇਅਰ ਆਫ ਦਾ ਸੋਸਾਇਟੀ। ਮੀਨਸ ਕਿ ਉਹ ਰੈਪੂਟੇਸ਼ਨ ਤਾਂ ਨਹੀਂ ਅਰਨ ਕਰਦੇ ਕਿ ਜੇ ਆਪਾਂ ਕਸਟਮਰ ਨੂੰ ਸੈਟਿਸਫਾਈ ਕਰਾਂਗੇ, ਓਨਰ ਨੂੰ ਸੈਟਿਸਫਾਈ ਕਰਾਂਗੇ ਤਾਂ ਸਾਡਾ ਨਾਮ ਵਗੈਰਾ ਬਹੁਤ ਵਧੇਗਾ, ਨੇਮ ਐਂਡ ਫੇਮ ਵਧੇਗਾ, ਬਲਕਿ ਡਿਪੈਂਡ ਕਰਦਾ ਕਿ ਉਹਨਾਂ ਨੇ ਸੋਸਾਇਟੀ 'ਤੇ ਕੰਟਰੀਬਿਊਸ਼ਨ ਕਿੰਨਾ ਕੀਤਾ ਆ, ਸੋਸਾਇਟੀ ਦੀ ਵੈਲਫੇਅਰ ਕਿੰਨੀ ਕੀਤੀ ਆ। ਜਿੰਨਾ ਉਹ ਭਲਾ ਕਰਨਗੇ, ਜਿੰਨਾ ਕੰਟਰੀਬਿਊਟ ਕਰਨਗੇ, ਓਨਾ ਹੀ ਉਹਨਾਂ ਦਾ ਰੈਪੋ ਇਨਕਰੀਜ਼ ਹੋਏਗਾ, ਰੈਪੂਟੇਸ਼ਨ ਜਿਹੜੀ ਆ ਉਹ ਵਧੇਗੀ। ਨੈਕਸਟ ਇਜ਼ ਰਿਕਾਰਡਸ ਮੇਨਟੇਨ ਆਰ ਮੈਂਟ ਫੋਰ ਮੈਂਬਰਸ ਐਜ਼ ਵੈਲ ਐਜ਼ ਟੂ ਮੀਟ ਸਟੈਚੂਰੀ ਰਿਕੁਆਇਰਮੈਂਟ। ਨਾ ਉਹ ਜਿਹੜੇ ਰਿਕਾਰਡਸ ਨੇ ਉਹ ਕਿਉਂ ਮੈਂਟੇਨ ਕੀਤੇ ਜਾਂਦੇ ਆ? ਦੇ ਆਰ ਜਸਟ ਮੈਂਟ ਫੋਰ ਮੈਂਬਰਸ, ਮੀਨਸ ਜਾਂ ਤਾਂ ਮੈਂਬਰ ਜਿਹੜੇ ਕਿ ਉਸ ਔਰਗਨਾਈਜੇਸ਼ਨ ਦਾ ਪਾਰਟ ਨੇ ਉਹ ਆਪਣੇ ਲਈ ਬਣਾਉਂਦੇ ਆ, ਅਤੇ ਜਾਂ ਫਿਰ ਗਵਰਨਮੈਂਟ ਦੀਆਂ ਕੁਛ ਆਪਣੀਆਂ ਰਿਕੁਆਇਰਮੈਂਟਸ ਨੇ, ਜਿਹੜੀ ਲੀਗਲ ਰਿਕੁਆਇਰਮੈਂਟਸ ਹੁੰਦੀਆਂ ਉਹਨਾਂ ਨੂੰ ਫੁਲਫਿਲ ਕਰਨ ਲਈ ਬਣਾਇਆ ਜਾਂਦਾ ਆ। ਅਕਾਊਂਟਿੰਗ ਰਿਕਾਰਡਸ ਆਫ ਨੋਟ ਫੋਰ ਪ੍ਰੋਫਿਟ ਔਰਗਨਾਈਜੇਸ਼ਨ। ਨਾ ਜਿਹੜੇ ਰਿਕਾਰਡਸ ਨੇ, ਜਿਹੜੀ ਅਕਾਊਂਟਿੰਗ ਫਾਰਮ ਆ ਉਹਦੇ ਵਿੱਚ ਕਿਹੜੇ ਕਿਹੜੇ ਅਕਾਊਂਟ ਪ੍ਰਿਪੇਅਰ ਕੀਤੇ ਜਾਂਦੇ ਆ? ਰਿਸਿਪਟ ਐਂਡ ਪੇਮੈਂਟ ਅਕਾਊਂਟ, ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਐਂਡ ਬੈਲੈਂਸ ਸ਼ੀਟ, ਜਿਹੜਾ ਕਿ ਤੁਸੀਂ ਇਸ ਚੈਪਟਰ ਦੇ ਵਿੱਚ ਪ੍ਰੈਕਟੀਕਲ ਫੋਰਮ ਵਿੱਚ ਵੀ ਸਟੱਡੀ ਕਰੋਗੇ ਕਿ ਇਨਕਮ
ਐਕਸਪੈਂਡੀਚਰ ਅਕਾਊਂਟ ਕਿੱਦਾਂ ਬਣਾਇਆ ਜਾਂਦਾ, ਰਿਸਿਪਟ ਐਂਡ ਪੇਮੈਂਟ ਅਕਾਊਂਟ ਕਿੱਦਾਂ ਬਣਾਇਆ ਜਾਂਦਾ, ਬੈਲੈਂਸ ਸ਼ੀਟ ਕਿੱਦਾਂ ਬਣਾਈ ਜਾਂਦੀ ਹੈ। ਸੋ ਰਿਸਿਪਟ ਐਂਡ ਪੇਮੈਂਟ ਅਕਾਊਂਟ ਬਾਰੇ ਗੱਲ ਕਰਦੇ ਹਾਂ ਪਹਿਲਾਂ। ਆਲ ਕੈਸ਼ ਰਿਸਿਪਟ ਐਂਡ ਕੈਸ਼ ਪੇਮੈਂਟ, ਇਹਦੇ ਵਿੱਚ ਜਿੰਨੀਆਂ ਵੀ ਤੁਹਾਡੀਆਂ ਕੈਸ਼ ਫੋਰਮ ਦੇ ਵਿੱਚ ਰਿਸਿਪਟਸ ਹੁੰਦੀਆਂ ਆ ਜਾਂ ਪੇਮੈਂਟਸ ਹੁੰਦੀਆਂ, ਉਹ ਸਾਰੀਆਂ ਰਿਕਾਰਡ ਕੀਤੀ ਜਾਂਦੀਆਂ ਆ, ਜਸਟ ਲਾਈਕ ਕੈਸ਼ ਬੁੱਕ ਦੇ ਤਰ੍ਹਾਂ ਹੁੰਦੀ ਹੈ ਇਹ। ਆਲ ਦੀ ਕੈਸ਼ ਟ੍ਰਾਂਜੈਕਸ਼ਨ, ਚਾਹੇ ਉਹ ਕੈਪੀਟਲ ਨੇਚਰ ਦੀਆਂ ਹੋਣ, ਚਾਹੇ ਉਹ ਰੈਵਨਿਊ ਨੇਚਰ ਦੀਆਂ ਹੋਣ, ਠੀਕ ਆ, ਸਾਰੀਆਂ ਟ੍ਰਾਂਜੈਕਸ਼ਨਸ ਰਿਕਾਰਡ ਕੀਤੀ ਜਾਂਦੀਆਂ ਆ। ਕੈਸ਼ ਬੈਲੈਂਸ ਦੇ ਨਾਲ ਇਹਦੀ ਸਟਾਰਟਿੰਗ ਹੁੰਦੀ ਹੈ ਐਂਡ ਕਲੋਜ਼ਿੰਗ ਕੈਸ਼ ਬੈਲੈਂਸ ਦੇ ਨਾਲ ਹੀ ਇਹਦਾ ਕਲੋਜ਼ਰ ਹੁੰਦਾ ਆ। ਸੋ ਰਿਸਿਪਟ ਐਂਡ ਪੇਮੈਂਟ ਅਕਾਊਂਟ ਜਦੋਂ ਵੀ ਅਸੀਂ ਸਟਾਰਟ ਕਰਾਂਗੇ, ਉਹਦਾ ਸਭ ਤੋਂ ਪਹਿਲਾਂ ਕੈਸ਼ ਬੈਲੈਂਸ ਦੀ ਓਪਨਿੰਗ ਲਿਖਾਂਗੇ ਐਂਡ ਜਦੋਂ ਉਹਨੂੰ ਕਲੋਜ਼ ਕਰਾਂਗੇ ਅਕਾਊਂਟ ਨੂੰ, ਅਤੇ ਕਲੋਜ਼ਿੰਗ ਕੈਸ਼ ਬੈਲੈਂਸ ਲਿਖਾਂਗੇ। ਸੋ ਦਿਸ ਯੂ ਕੈਨ ਸੀ ਦਿਸ ਫੋਰਮੈਟ। ਸਭ ਤੋਂ ਪਹਿਲਾਂ ਟੂ ਬੈਲੈਂਸ ਬਰੋਡ ਡਾਊਨ ਲਿਖਿਆ ਕੈਸ਼, ਦਿਸ ਇਜ਼ ਦਾ ਓਪਨਿੰਗ ਕੈਸ਼ ਬੈਲੈਂਸ ਐਂਡ ਬੈਲੈਂਸ ਸੀ ਡੀ ਮੀਨਸ ਕਲੋਜ਼ਿੰਗ ਕੈਸ਼ ਬੈਲੈਂਸ, ਠੀਕ ਆ। ਜਿੰਨੀਆਂ ਵੀ ਰਿਸਿਪਟ ਨੇ ਉਹ ਟੂ ਸਾਈਡ 'ਤੇ ਸ਼ੋ ਕੀਤੀਆਂ ਹੋਈਆਂ ਆ, ਯੂ ਕੈਨ ਸੀ ਜਿੰਨੀਆਂ ਵੀ ਰਿਸਿਪਟ ਨੇ ਉਹ ਸਾਰੇ ਟੂ ਸਾਈਡ 'ਤੇ ਨੇ, ਜਿੰਨੀਆਂ ਵੀ ਪੇਮੈਂਟਸ ਨੇ ਉਹ ਕ੍ਰੈਡਿਟ ਸਾਈਡ ਨੇ। ਨੈਕਸਟ, ਆਲ ਰਿਸਿਪਟ ਆਫ ਕੈਸ਼ ਡਿਊਰਿੰਗ ਦਾ ਈਅਰ ਔਨ ਡੈਬਿਟ ਸਾਈਡ ਐਂਡ ਆਲ ਪੇਮੈਂਟਸ ਔਨ ਦਾ ਕ੍ਰੈਡਿਟ ਸਾਈਡ। ਜਿੰਨੀਆਂ ਵੀ ਰਿਸਿਪਟਸ, ਜਿੰਨੀਆਂ ਵੀ ਆਪਾਂ ਪੇਮੈਂਟਸ ਰਿਸੀਵ ਕੀਤੀਆਂ ਨੇ, ਉਹ ਸਾਰੀਆਂ ਡੈਬਿਟ ਸਾਈਡ 'ਤੇ ਐਂਡ ਜਿਹੜੀਆਂ ਵੀ ਪੇਮੈਂਟਸ ਨੇ ਉਹ ਕ੍ਰੈਡਿਟ ਸਾਈਡ 'ਤੇ। ਨਾਓ ਦਾ ਪੀਰੀਅਡ ਟੂ ਵਿਚ ਦਾ ਟ੍ਰਾਂਜੈਕਸ਼ਨ ਮੇ ਬਿਲੋਂਗ, ਪ੍ਰੀਵੀਅਸ ਈਅਰ, ਕਰੰਟ ਈਅਰ ਔਰ ਫਿਊਚਰ ਈਅਰ ਵਿਲ ਨੋਟ ਬੀ ਕੰਸੀਡਰਡ, ਠੀਕ ਹੈ ਨਾ, ਵਿਲ ਨੋਟ ਬੀ ਕੰਸੀਡਰਡ। ਸੋ ਦਾ ਟ੍ਰਾਂਜੈਕਸ਼ਨ ਨੇਚਰ ਕੈਨ ਬੀ ਕੈਪੀਟਲ ਔਰ ਦੀ ਰੈਵਨਿਊ। ਨੈਕਸਟ ਇਜ਼ ਓਨਲੀ ਦਾ ਐਕਚੁਅਲ ਕੈਸ਼ ਰਿਸਿਪਟ ਐਂਡ ਕੈਸ਼ ਪੇਮੈਂਟ ਆਰ ਰਿਕਾਰਡਡ, ਮਤਲਬ ਐਕਚੁਅਲ ਦੇ ਵਿੱਚ ਜੋ ਟ੍ਰਾਂਜੈਕਸ਼ਨ ਹੋਈ ਆ ਸਿਰਫ ਉਹੀ ਰਿਕਾਰਡ ਕੀਤੀ ਜਾਏਗੀ। ਨਾ ਕਈ ਵਾਰੀ ਕੀ ਹੁੰਦਾ ਹੈ, ਐਸਟ 'ਤੇ ਡੈਪਰੀਸੀਏਸ਼ਨ ਲੱਗ ਜਾਂਦਾ ਆ ਜਾਂ ਸਾਡੀ ਕੋਈ ਆਊਟਸਟੈਂਡਿੰਗ ਇਨਕਮ ਰਹਿੰਦੀ ਹੁੰਦੀ ਹੈ ਪਿਛਲੇ ਸਾਲ ਦੀ ਆਊਟਸਟੈਂਡਿੰਗ ਡਿਊ ਆ, ਅਤੇ ਉਹ ਆਪਾਂ ਰਿਸਿਪਟ ਐਂਡ ਪੇਮੈਂਟ ਅਕਾਊਂਟ ਦੇ ਵਿੱਚ ਰਿਕਾਰਡ ਨਹੀਂ ਕਰਾਂਗੇ। ਐਟ ਦਾ ਐਂਡ ਆਫ ਅਕਾਊਂਟਿੰਗ ਪੀਰੀਅਡ ਦਿਸ ਅਕਾਊਂਟ ਇਜ਼ ਬੈਲੈਂਸ, ਜਿੱਦਾਂ ਕਿ ਤੁਹਾਨੂੰ ਕਿਹਾ ਕਿ ਕਲੋਜ਼ਿੰਗ ਕੈਸ਼ ਬੈਲੈਂਸ ਦੇ ਨਾਲ ਹੀ ਇਹਦਾ ਐਂਡ ਹੁੰਦਾ ਆ। ਇਟ ਸਰਵ ਦਾ ਪਰਪਸ ਆਫ ਕੈਸ਼ ਬੁੱਕ, ਸੋ ਦੈਟ ਦਾ ਮੈਨੇਜਮੈਂਟ ਇਜ਼ ਏਬਲ ਟੂ ਨੋ ਫਰੋਮ ਵੇਅਰ ਦਾ ਕੈਸ਼ ਵਾਜ ਜਨਰੇਟਡ ਐਂਡ ਹਾਊ ਇਟ ਵਾਜ਼ ਯੂਟੀਲਾਈਜ਼ਡ, ਮੀਨਸ ਕਿ ਕੈਸ਼ ਕਿੱਦਾਂ ਜਨਰੇਟ ਹੋਇਆ, ਕੈਸ਼ ਕਿੱਥੋਂ ਆਇਆ, ਅਤੇ ਜੇ ਕੈਸ਼ ਜਿੰਨਾ ਆਇਆ ਉਹਨੂੰ ਆਪਾਂ ਯੂਜ਼ ਕਿੱਦਾਂ ਕੀਤਾ ਆ। ਸੋ ਉਹਦੇ ਲਈ ਇੱਕ ਇਹ ਕੈਸ਼ ਬੁੱਕ ਪ੍ਰਪੇਅਰ ਕਰਨ ਦੇ ਵਿੱਚ ਹੈਲਪ ਆਊਟ ਕਰਦਾ ਆ ਐਂਡ ਫਰਦਰ ਜਿਹੜੇ ਵੀ ਆਪਾਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਬੈਲੈਂਸ ਸ਼ੀਟ ਬਣਾਉਣੀ ਆ ਉਹਨਾਂ ਨੂੰ ਪ੍ਰਪੇਅਰ ਕਰਨ ਲਈ ਵੀ ਇਹ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਹੈ। ਸੋ ਦਿਸ ਇਜ਼ ਦਾ ਫੋਰਮੈਟ ਆਫ ਰਿਸਿਪਟ ਐਂਡ ਪੇਮੈਂਟ ਅਕਾਊਂਟ ਐਂਡ ਇਹ ਤੁਹਾਡੀ ਬੁੱਕ ਦੇ ਵਿੱਚ ਵੀ ਅਵੇਲੇਬਲ ਆ। ਸਾਰੇ ਸਟੂਡੈਂਟਸ ਨੇ ਇਹ ਫੋਰਮੈਟ ਵਿਦ ਦ ਨੋਟਸ, ਕਿਉਂਕਿ ਥਿਓਰਟੀਕਲ ਨੋਟਸ ਨੇ ਉਹਨਾਂ ਦੇ ਨਾਲ ਆਪਣੀ ਨੋਟਬੁੱਕ ਦੇ ਵਿੱਚ ਇਹ ਫੋਰਮੈਟ ਵੀ ਪ੍ਰਪੇਅਰ ਕਰਨਾ ਆ। ਸੋ ਰਿਸਿਪਟ ਇਜ਼ ਔਨ ਦਾ ਡੈਬਿਟ ਸਾਈਡ ਐਂਡ ਪੇਮੈਂਟ ਇਜ਼ ਔਨ ਦਾ ਕ੍ਰੈਡਿਟ ਸਾਈਡ। ਸੋ ਜਿੰਨੀਆਂ ਵੀ ਰਿਸਿਪਟ ਨੇ ਉਹ ਸਾਰੇ ਤੁਸੀਂ ਟੂ ਸਾਈਡ ਮੀਨਸ ਡੈਬਿਟ ਸਾਈਡ ਸ਼ੋਅ ਕਰੋਗੇ ਐਂਡ ਜਿੰਨੇ ਵੀ ਪੇਮੈਂਟ ਆ ਉਹ ਕ੍ਰੈਡਿਟ ਸਾਈਡ ਸ਼ੋਅ ਕਰੋਗੇ। ਆਈਟਮਸ ਆਫ ਦ ਰਿਸਿਪਟ ਐਂਡ ਪੇਮੈਂਟ ਅਕਾਊਂਟ, ਨਾ ਰਿਸਿਪਟ ਐਂਡ ਪੇਮੈਂਟ ਅਕਾਊਂਟ ਦੇ ਵਿੱਚ ਆਈਟਮਸ ਕਿਹੜੇ ਹੋ ਸਕਦੇ ਆ, ਜਾਂ ਤਾਂ ਰੈਵਨਿਊ ਰਿਸਿਪਟ ਹੋ ਗਈਆਂ ਜਾਂ ਕੈਪੀਟਲ ਰਿਸਿਪਟ ਹੋ ਗਈਆਂ, ਅਤੇ ਜਾਂ ਫਿਰ ਕ੍ਰੈਡਿਟ ਸਾਈਡ 'ਤੇ ਰੈਵਨਿਊ ਪੇਮੈਂਟ ਹੋ ਗਈ ਜਾਂ ਕੈਪੀਟਲ ਪੇਮੈਂਟ ਹੋ ਗਈ। ਹੁਣ ਇਹਨਾਂ ਨੂੰ ਅਸੀਂ ਫਰਦਰ ਡਿਟੇਲ ਵਿੱਚ ਸਟੱਡੀ ਕਰਦੇ ਹਾਂ ਕਿ ਹੁੰਦੇ ਕੀ ਨੇ। ਰੈਵਨਿਊ ਰਿਸਿਪਟ ਮੀਨਸ ਜਿਹੜੀਆਂ ਰਿਕਰਿੰਗ ਨੇਚਰ ਦੀਆਂ ਹੁੰਦੀਆਂ ਆ, ਰਿਕਰਿੰਗ ਨੇਚਰ ਮੀਨਸ ਬਾਰ ਬਾਰ ਅਸੀਂ ਇਨਕਮ ਰਿਸੀਵਡ ਕਰ ਰਹੇ ਹਾਂ, ਉਹ ਬਾਰ ਬਾਰ ਮੈਨੀ ਟਾਈਮਸ ਰਿਪੀਟ ਹੋ ਰਹੀਆਂ ਆ, ਠੀਕ, ਜਿੱਦਾਂ ਕਿ ਮੈਂਬਰਸ਼ਿਪ ਦਾ ਕੋਈ ਸਬਸਕ੍ਰਿਪਸ਼ਨ ਆ, ਐਡਮਿਸ਼ਨ ਫੀ ਹੋ ਗਈ, ਰਿਸਿਪਟ ਫਰੋਮ ਦਾ ਸੇਲ ਆਫ ਓਲ ਜਿਹੜਾ ਓਲਡ ਨਿਊਜ਼ ਪੇਪਰ ਹੋ ਗਿਆ, ਹਾਲ ਰੈਂਟ ਰਿਸਿਪਟ ਕੀਤਾ, ਇਨਵੈਸਟਮੈਂਟ ਕੀਤੀ ਅਤੇ ਉਹਦੇ 'ਤੇ ਤੁਹਾਨੂੰ ਕੋਈ ਇੰਟਰਸਟ ਮਿਲਿਆ,
ਕੋਈ ਫਿਕਸ ਡਿਪੋਜ਼ਿਟ, ਕੋਈ ਲੋਨ ਐਡਵਾਂਸ ਕੀਤਾ। ਸੋ ਇਹ ਸਾਰੀਆਂ ਜਿਹੜੀਆਂ ਰੈਵਨਿਊ ਰਿਸੈਪਟ ਦੇ ਐਗਜ਼ਾਮਪਲਸ ਨੇ। ਫਰਦਰ ਡੋਨੇਸ਼ਨ ਮਿਲ ਗਈ, ਕੋਈ ਗ੍ਰਾਂਟਸ, ਲੀਗੇਸੀਸ, ਠੀਕ ਹੈ, ਲੋਕਰ ਰੈਂਟ ਹੋ ਗਿਆ, ਰਿਸਿਪਟਸ ਫਰੋਮ ਦਾ ਸੇਲ ਆਫ ਰਿਫਰੈਸ਼ਮੈਂਟ, ਐਨੀ ਅਦਰ ਆਈਟਮ ਆਫ ਸਿਮਲਰ ਨੇਚਰ। ਸੋ ਇਹ ਫੋਰਮੈਟ ਦੇ ਵਿੱਚ ਵੀ ਤੁਹਾਡੀਆਂ ਸਾਰੀਆਂ ਆਈਟਮਸ ਲਿਖੀਆਂ ਹੋਈਆਂ ਆ। ਮੇਨ ਕੀ ਹੈ, ਇਹਨਾਂ ਦਾ ਮੀਨਿੰਗ ਸਮਝਣਾ ਕਿ ਰੈਵਨ ਰਿਸੈਪਟ ਕਿਹੜੀਆਂ ਆ, ਜਿਹੜੀਆਂ ਰਿਸਿਪਟ ਅਸੀਂ ਬਾਰ ਬਾਰ ਰਿਸੀਵ ਕਰਦੇ ਹਾਂ, ਵਿਚ ਆਰ ਇਨ ਰਿਕਰਿੰਗ, ਵਿਚ ਆਰ ਰਿਕਰਿੰਗ ਮੀਨਸ ਰੈਪੀਟੀਸ਼ਨ ਦੇ ਵਿੱਚ ਰਿਸੀਵ ਕਰ ਰਹੇ ਹਾਂ। ਨੈਕਸਟ ਇਜ਼ ਦੀ ਕੈਪੀਟਲ ਰਿਸਿਪਟ, ਦ ਅਮਾਊਂਟ ਰਿਸੀਵਡ ਇਨ ਦਾ ਕਰੰਟ ਈਅਰ, ਦ ਬੈਨੀਫਿਟ ਆਫ ਵਿਚ ਰਿਲੇਟ ਟੂ ਦਾ ਫਿਊਚਰ ਈਅਰ ਆਲਸੋ। ਦੇਖੋ ਕੈਪੀਟਲ ਦਾ ਮਤਲਬ ਕੀ ਹੈ ਕਿ ਅਗਰ ਆਪਾਂ ਕੋਈ ਹਿਊਜ ਇਨਵੈਸਟਮੈਂਟ ਕਰ ਰਹੇ ਹਾਂ ਸਿਰਫ ਇਸ ਪਰਪਸ ਲਈ ਨਹੀਂ ਕਿ ਹਾਂ ਅੱਜ ਖਰੀਦ ਲਿਆ ਅਤੇ ਇਹਦਾ ਅੱਜ ਹੀ ਬੈਨੀਫਿਟ ਮਿਲੇਗਾ, ਮੀਨਸ ਕਿ ਤੁਸੀਂ ਹੈਵੀ ਹਿਊਜ ਇਨਵੈਸਟਮੈਂਟ ਕਰਦੇ ਹੋ ਸਿਰਫ ਇਸ ਪਰਪਸ ਲਈ ਕਿ ਜੇ ਮੈਂ ਅੱਜ ਇਹਦੇ 'ਤੇ ਇਨਵੈਸਟਮੈਂਟ ਕਰ ਰਿਹਾ ਹਾਂ ਅਤੇ ਇਹਦਾ ਜਿਹੜਾ ਬੈਨੀਫਿਟ ਆ, ਜਿਹੜਾ ਪ੍ਰੋਫਿਟ ਆ, ਮੈਨੂੰ ਕਈ ਸਾਲਾਂ ਤੱਕ ਮਿਲੇਗਾ, ਠੀਕ। ਸੋ ਉਹ ਕੈਪੀਟਲ ਅਸੈਪਟ ਹੋ ਗਈਆਂ। ਡੋਨੇਸ਼ਨ ਫਰੋਮ ਦਾ ਆਊਟਸਾਈਡਰ ਫੋਰ ਦਾ ਸਪੈਸੀਫਿਕ ਪਰਪਸ, ਦੇਖੋ ਅਗਰ ਸਪੈਸੀਫਿਕ ਪਰਪਸ ਲਈ ਆ ਦੈਨ ਇਟ ਇਜ਼ ਅ ਟਾਈਪ ਆਫ ਕੈਪੀਟਲ ਰਿਸਿਪਟ, ਅਦਰਵਾਈਜ਼ ਇਟ ਇਜ਼ ਆਫ ਰੈਵਨਿਊ ਰਿਸਿਪਟ। ਅਮਾਊਂਟ ਰਿਸੀਵਡ ਐਜ ਲੋਨਸ, ਲਾਈਫ ਮੈਂਬਰਸ਼ਿਪ ਸਬਸਕ੍ਰਿਪਸ਼ਨ, ਐਡਮਿਸ਼ਨ ਫੀ ਟੂ ਦਾ ਐਕਸਟੈਂਟ ਕੈਪੀਟਲਾਈਜ਼ਡ, ਸੇਲ ਪ੍ਰੋਸੀਡਸ ਆਫ ਫਿਕਸਡ ਐਸੈਟਸ, ਲੀਗੇਸੀਸ ਫੋਰ ਦਾ ਸਪੈਸੀਫਿਕ ਪਰਪਸ, ਗ੍ਰਾਂਟਸ ਰਿਸੀਵਡ ਫਰੋਮ ਦਾ ਗਵਰਨਮੈਂਟ ਫੋਰ ਮੀਟਿੰਗ ਕੈਪੀਟਲ ਐਕਸਪੈਂਡੀਚਰ। ਨਾ ਦੇਖੋ ਇਹਦੇ ਵਿੱਚ ਸਪੈਸੀਫਾਈ ਇੱਕ ਵਰਡ ਯੂਜ਼ ਕੀਤਾ ਜਾਏਗਾ ਤੁਹਾਡਾ ਗ੍ਰਾਂਟਸ ਦੇ ਨਾਲ ਵੀ, ਲੀਗੇਸੀਸ ਦੇ ਨਾਲ ਵੀ, ਸੋ ਅਸੀਂ ਉਹਨੂੰ ਕੈਪੀਟਲ ਰਿਸਿਪਟ ਕੰਸੀਡਰ ਕਰਾਂਗੇ। ਦੈਨ ਨਾਓ ਦਾ ਰੈਵਨਿਊ ਪੇਮੈਂਟ, ਸਿਮਿਲਰਲੀ ਜਿੱਦਾਂ ਰਿਸਿਪਟ ਸੀਗਾ ਇੱਦਾਂ ਹੀ ਪੇਮੈਂਟ, ਕਿ ਜਿਹੜੀ ਪੇਮੈਂਟ ਰਿਕਰਿੰਗ ਨੇ ਮੀਨਸ ਬਾਰ ਬਾਰ ਅਸੀਂ ਪੇ ਕਰਨੇ ਆ, ਦੈਟ ਇਜ਼ ਆਫ ਦਾ ਰੈਵਨਿਊ ਰਿਸਿਪਟ। ਸੈਲਰੀ ਹੋ ਗਿਆ, ਵੇਜਿਸ ਹੋ ਗਿਆ, ਟਰੈਵਲਿੰਗ ਅਲਾਉਂਸਿਸ ਹੋ ਗਿਆ, ਰੈਂਟ, ਟੈਕਸਿਸ, ਇੰਸ਼ੋਰੈਂਸ, ਇਲੈਕਟ੍ਰਿਸਿਟੀ ਚਾਰਜਸ, ਪ੍ਰਿੰਟਿੰਗ ਐਂਡ ਸਟੇਸ਼ਨਰੀ, ਰਿਪੇਅਰਸ, ਇਹ ਸਾਰੇ ਦੇ ਸਾਰੇ ਤੁਹਾਡੇ ਰੈਵਨਿਊ ਪੇਮੈਂਟਸ ਨੇ। ਪੇਮੈਂਟਸ ਫੋਰ ਔਰਗਨਾਈਜ਼ਿੰਗ ਸਪੋਰਟਸ ਮੀਟ ਐਂਡ ਟੂਰਨਾਮੈਂਟਸ, ਪੇਮੈਂਟਸ ਫੋਰ ਦਾ ਪਰਚੇਜ ਆਫ ਰਿਫਰੈਸ਼ਮੈਂਟ, ਡਿਨਰ, ਇੰਟਰਸਟ ਪੇਡ ਔਨ ਲੋਨ ਐਂਡ ਬੈਂਕ ਡਰਾਫਟ, ਐਨੀ ਅਦਰ ਪੇਮੈਂਟ, ਇਹ ਸਾਰੇ ਸਾਰੇ ਰੈਵਨਿਊ ਪੇਮੈਂਟ ਦੀ ਐਗਜ਼ਾਮਪਲ ਆ। ਐਂਡ ਕੈਪੀਟਲ ਪੇਮੈਂਟ ਅਗੇਨ, ਪੇਮੈਂਟਸ ਮੇਡ ਇਨ ਦਾ ਕਰੰਟ ਈਅਰ, ਜਿਹੜੇ ਕਿ ਆਪਾਂ ਕਰੰਟ ਈਅਰ ਦੇ ਵਿੱਚ ਪੇ ਕਰ ਰਹੇ ਹਾਂ, ਐਂਡ ਦ ਬੈਨੀਫਿਟ ਆਫ ਵਿਚ ਰਿਲੇਟ ਟੂ ਦਾ ਫਿਊਚਰ ਈਅਰ ਆਲਸੋ। ਜਿੱਦਾਂ ਕਿ ਕੰਸਟਰਕਸ਼ਨ ਦੇ ਖਰਚੇ ਆ, ਹੁਣ ਤੁਸੀਂ ਕੰਸਟਰਕਸ਼ਨ 'ਤੇ ਕਰੰਟ ਈਅਰ ਵਿੱਚ ਕਰ ਰਹੇ ਹੋ, ਬਟ ਇਹਦਾ ਬੈਨੀਫਿਟ ਤੁਹਾਨੂੰ ਕਈ ਸਾਲਾਂ ਤੱਕ ਮਿਲੇਗਾ। ਤੁਸੀਂ ਫਿਕਸਡ ਐਸੈਟ ਪਰਚੇਜ਼ ਕੀਤਾ, ਕੋਈ ਫਰਨੀਚਰ ਪਰਚੇਜ਼ ਕੀਤਾ, ਬਟ ਉਹਦਾ ਬੈਨੀਫਿਟ ਤੁਹਾਨੂੰ ਕਈ ਈਅਰਸ ਤੱਕ ਮਿਲੇਗਾ, ਠੀਕ ਆ। ਤੁਸੀਂ ਕੋਈ ਲਾਇਬ੍ਰੇਰੀ ਲਈ ਬੁੱਕਸ ਪਰਚੇਜ਼ ਕੀਤੀਆਂ ਆ, ਕਰੰਟ ਈਅਰ ਵਿੱਚ ਐਕਸਪੈਂਸ ਕਰ ਰਹੇ ਹੋ, ਬਟ ਇਟਸ ਬੈਨੀਫਿਟ ਬਿਲੋਂਗਸ ਟੂ ਦੀ ਨੰਬਰ ਆਫ ਈਅਰਸ। ਸੋ ਇਹ ਸਾਰੀਆਂ ਕੈਪੀਟਲ ਰਿਸਿਪਟਸ ਨੇ, ਕੈਪੀਟਲ ਪੇਮੈਂਟਸ ਨੇ, ਸੋਰੀ। ਅਮਾਊਂਟਸ ਐਡਵਾਂਸ ਟੂ ਆਊਟਸਾਈਡਰ ਐਜ਼ ਲੋਨਸ, ਪਰਚੇਜ਼ ਆਫ ਸਪੋਰਟਸ ਗੁੱਡਸ ਐਂਡ ਇਕਿਪਮੈਂਟ, ਐਨੀ ਅਦਰ ਪੇਮੈਂਟ ਆਫ ਕੈਪੀਟਲ ਨੇਚਰ। ਸੋ ਇਹ ਸਾਰੀਆਂ ਦੇ ਸਾਰੀਆਂ ਕੈਪੀਟਲ ਪੇਮੈਂਟਸ ਨੇ। ਸੋ ਫਿਲਹਾਲ ਰਿਸਿਪਟ ਐਂਡ ਪੇਮੈਂਟ ਅਕਾਊਂਟ ਬਾਰੇ ਡਿਟੇਲ ਜਿਹੜੀਆਂ ਅੱਜ ਆਪਾਂ ਐਕਸਪਲੇਨ ਕੀਤੀਆਂ ਆ, ਰਿਸਿਪਟ ਐਂਡ ਪੇਮੈਂਟ ਅਕਾਊਂਟ ਦਾ ਫੋਰਮੈਟ ਕੀ ਆ, ਪਲੱਸ ਇਹ ਜਿਹੜੀ ਰਿਸਿਪਟ ਨੇ ਇਹਨਾਂ ਦੇ ਬਾਰੇ ਜ਼ਰੂਰ ਧਿਆਨ ਨਾਲ ਪੜ੍ਹੋ ਕਿ ਇਹ ਕਿਹੜੇ ਨੇਚਰ ਦੀਆਂ ਨੇ, ਇਹਨਾਂ ਦਾ ਮੀਨਿੰਗ ਕੀ ਆ, ਬਿਕੋਜ਼ ਓਬਜੈਕਟਿਵ ਕੁਸ਼ਚਨ ਜਿਹੜੇ ਆ ਕਾਫੀ ਡਿਟੇਲ ਵਿੱਚ, ਜਿਹੜੇ ਸਟੂਡੈਂਟ ਥੋਰਲੀ ਥਿਊਰੀ ਨੂੰ ਪੜ੍ਹਨਗੇ ਉਹੀ ਆਨਸਰ ਕਰ ਪਾਣਗੇ। ਸੋ ਇਟ ਵਿਲ ਬੀ ਪੋਸਟਡ ਟੂ ਯੂਅਰ ਗੂਗਲ ਕਲਾਸਰੂਮ, ਐਂਡ ਇਫ ਯੂ ਵਿਲ ਫੇਸ ਐਨੀ ਟਾਈਪ ਆਫ ਕੁਐਰੀ ਦੈਨ ਯੂ ਮੇ ਆਸਕ ਦੇਅਰ ਓਨਲੀ। ਓਕੇ, ਸੋ ਥੈਂਕਸ ਐਂਡ ਹੈਵ ਅ ਨਾਈਸ ਡੇ।